होशियारपुर ज़िले ਦੇ ਵਿੱਚ ਅਸੀਂ ਆਪਣੇ ਸਾਰੇ ਰਿਪੋਰਟਰਸ ਵੈਬ ਚੈਨਲਸ ਦੇ ਨਾਲ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਮਨਸ਼ਾ ਸਿਰਫ ਇਹੀ ਸੀ ਕਿ ਇੱਕ ਰਿਸਪੋਨਸਿਬਲ ਫੇਅਰ ਐਂਡ ਕਲੀਅਰ ਰਿਪੋਰਟਿੰਗ ਹੋਵੇ ਤੇ ਜੋ ਨਿਊਜ਼ ਹੋਵੇ ਉਹ ਅਨਬਾਇਸਡ ਪ੍ਰੋਪਰਲੀ ਕਨਵੇ ਹੋਵੇ ਤਾਂ ਕਿ ਕਿਤੇ ਵੀ ਕੋਈ ਭੜਕਾਊ ਗੱਲ ਜਾਂ ਕੋਈ ਸਮਾਜ ਦੇ ਵਿੱਚ ਦਰਾਰ ਪਾਉਣ ਵਾਲੀ ਗੱਲ ਪ੍ਰੋਪਗੇਟ ਨਾ ਹੋਵੇ ਤੇ ਇੱਕ ਕਲੀਅਰ ਵਰਜ਼ਨ ਸਾਰੀ ਚੀਜ਼ਾਂ ਦਾ ਪਬਲਿਕ ਦੇ ਤੱਕ ਪਹੁੰਚੇ ਜਿਸ ਦੇ ਵਿੱਚ ਕੋਈ ਸੈਂਸੇਸ਼ਨਲਿਜ਼ਮ ਨਾ ਹੋਵੇ ਕੋਈ ਬਾਇਸ ਨਾ ਹੋਵੇ ਕਿਉਂਕਿ ਇੰਜ ਕਰਨ ਨਾਲ ਸੋਸਾਇਟੀ ਦੇ ਵਿੱਚ ਅਨਨੈਸੈਸਰੀਲੀ ਲੋਅ ਐਂਡ ਆਰਡਰ ਇਸ਼ੂਜ਼ ਕ੍ਰੀਏਟ ਹੋ ਸਕਦੇ ਹੈ ਅਤੇ ਅਫਵਾਹਾਂ ਫੈਲ ਕੇ ਲੋਕਾਂ ਦੇ ਵਿੱਚ ਮੰਦ ਭਾਵਨਾ ਵੀ ਪੈਦਾ ਹੋ ਸਕਦੀ ਹੈ ਅਤੇ ਸਾਡਾ ਸਾਰਿਆਂ ਨੂੰ ਇੱਕ ਉਹੀ ਮੈਸੇਜ ਹੈ ਕਿ ਜੋ ਕੁਛ ਵੀ ਤੁਸੀਂ ਰਿਪੋਰਟਿੰਗ ਕਰੋ ਉਸ ਨੂੰ ਬੜੀ ਫੇਅਰਲੀ ਰੀਜ਼ਨੇਬਲੀ ਅਤੇ ਲੌਜੀਕਲੀ ਕਰੋ। ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਸੈਕਸ਼ਨ 84B ਦੇ ਅੰਡਰ ਅਗਰ ਕੋਈ ਵੀ ਅਜਿਹੇ ਕੰਟੈਂਟ ਨੂੰ ਅਪਲੋਡ ਕਰਦਾ ਹੈਗਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਹੋਊਗੀ ਪਲੱਸ ਕੰਟੈਂਟ ਨੂੰ ਵੀ ਟੇਕ ਡਾਊਨ ਕੀਤਾ ਜਾਏਗਾ।